ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਅਗਨੀਵੀਰ ਯੋਜਨਾ ਫੌਜ ਦੇ ਵਿੱਚ ਭਰਤੀ ਵਾਸਤੇ ਬਣਾਈ ਗਈ ਹੈ ਜੋ ਵਿਵਾਦਾਂ ਦੇ ਵਿੱਚ ਹੈ। ਸਾਬਕਾ ਫੌਜੀ ਤੱਕ ਇਹਦੇ ਵਿਰੋਧ ਦੇ ਵਿੱਚ ਆਏ ਹੋਏ ਨੇ ਅਤੇ ਦੂਜੇ ਪਾਸੇ ਜਿਹੜੇ ਅਗਨੀਵੀਰ ਨੇ ਉਹਨਾਂ ਨੂੰ 4 ਸਾਲ ਵਾਸਤੇ ਭਰਤੀ ਕੀਤਾ ਜਾਂਦਾ ਹੈ ਤਾਂ ਉਹਨਾਂ ਵਾਸਤੇ ਹੁਣ ਸਰਕਾਰਾਂ ਨੇ ਨੌਕਰੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ। ਅਗਨੀਵੀਰਾਂ ਵਾਸਤੇ ਵੱਖ-ਵੱਖ ਵਿਭਾਗਾਂ ਦੇ ਵਿੱਚ 10% ਤੱਕ ਰਾਖਵਾਂਕਰਨ ਕਰ ਦਿੱਤਾ ਗਿਆ ਤਾਂ ਜੋ ਜੇਕਰ ਉਹ 4 ਸਾਲ ਬਾਅਦ ਆਪਣੀ ਫੌਜ ਦੀ ਨੌਕਰੀ ਕਰਕੇ ਵਾਪਸ ਆ ਜਾਂਦੇ ਨੇ ਤਾਂ ਉਹਨਾਂ ਨੂੰ ਹੋਰ ਕਿਤੇ ਰੋਜ਼ਗਾਰ ਮਿਲ ਸਕੇ। CISF, CRPF, BSF ਅਤੇ ਹੋਰ ਕਈ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੇ ਵਿੱਚ ਵੀ ਐਲਾਨ ਹੋ ਚੁੱਕਿਆ ਕਿ 10% ਤੱਕ ਤਰਜੀਹ ਦਿੱਤੀ ਜਾਵੇਗੀ ਉਹਨਾਂ ਨੌਜਵਾਨਾਂ ਨੂੰ ਜਿਹੜੇ ਅਗਨੀਵੀਰ ਦੀ ਟ੍ਰੇਨਿੰਗ ਲੈ ਚੁੱਕੇ ਨੇ, ਅਗਨੀਵੀਰ ਰਹਿ ਚੁੱਕੇ ਨੇ। ਅਤੇ ਇਸ ਤੋਂ ਇਲਾਵਾ ਹੁਣ ਜਿਹੜੀਆਂ ਹੋਰ ਸਰਕਾਰਾਂ ਨੇ ਉਹਨਾਂ ਨੇ ਵੀ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ 7 ਕੁ ਸਰਕਾਰਾਂ ਨੇ ਐਲਾਨ ਕੀਤਾ ਸੀ ਅਤੇ ਹੁਣ 2-3 ਦਿਨਾਂ ਦੇ ਵਿੱਚ 10 ਸੂਬਿਆਂ ਨੇ ਐਲਾਨ ਕਰ ਦਿੱਤਾ, ਜਿਹਦੇ ਵਿੱਚ ਰਾਜਸਥਾਨ, ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਨੇ ਵੀ ਕਹਿ ਦਿੱਤਾ ਹੈ ਕਿ ਅਸੀਂ ਪੁਲਿਸ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਸਟੇਟ ਦੀ ਪੁਲਿਸ ਆ ਉਹਦੇ ਵਿੱਚ 10% ਰਾਖਵਾਂਕਰਨ ਅਗਨੀਵੀਰਾਂ ਨੂੰ ਦਿਆਂਗੇ। ਅਤੇ ਇਸ ਤੋਂ ਇਲਾਵਾ ਪਹਿਲਾਂ ਵੀ ਕਈ ਨੇ ਜਿਵੇਂ ਮੱਧ ਪ੍ਰਦੇਸ਼ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ, ਉੱਤਰਾਖੰਡ ਹੋ ਗਿਆ, ਉੜੀਸਾ ਹੋ ਗਿਆ, ਗੁਜਰਾਤ, ਛੱਤੀਸਗੜ੍ਹ, ਇਹ ਵੀ ਸੂਬੇ ਐਲਾਨ ਕਰ ਚੁੱਕੇ ਨੇ ਕਿ ਅਸੀਂ ਆਪਣੇ ਸੁਰੱਖਿਆ ਬਲਾਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਤਰਜੀਹ ਦਿਆਂਗੇ ਜਿਹੜੇ ਅਗਨੀਵੀਰ ਦੇ ਤਹਿਤ ਆਪਣੀਆਂ ਸੇਵਾਵਾਂ ਪੂਰੀਆਂ ਕਰਕੇ ਆ ਜਾਣਗੇ। ਦੂਜੇ ਪਾਸੇ ਸਵਾਲ ਇਹ ਖੜ੍ਹੇ ਹੁੰਦੇ ਨੇ ਕਿ 4 ਸਾਲ ਵਾਸਤੇ ਭਰਤੀ ਕਰਨ ਦੇ ਨਾਲ ਬੰਦਾ ਕੁਝ ਇੱਕ ਟ੍ਰੇਨਿੰਗ ਦੇ ਵਿੱਚ ਸਿੱਖ ਲੈਂਦਾ, ਪਰ ਦੇਸ਼ ਦੇ ਪ੍ਰਤੀ ਜਿਹੜੀ ਪ੍ਰੇਮ ਦੀ ਭਾਵਨਾ, ਸਮਰਪਣ ਦੀ ਭਾਵਨਾ ਉਹ ਬਹੁਤ ਘੱਟ ਆਉਂਦੀ ਹੈ। ਅਤੇ ਦੂਜੇ ਪਾਸੇ ਪਿੱਛੇ ਜੇ ਇੱਕ ਵਿਅਕਤੀ ਨੂੰ, ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜੋ ਅਗਨੀਵੀਰ ਸੀ, ਛੁੱਟੀ ਆਇਆ ਹੋਇਆ ਸੀਗਾ ਅਤੇ ਲੁੱਟਾਂ ਖੋਹਾਂ ਦਾ ਕੰਮ ਕਰਦਾ ਸੀ, ਅਤੇ ਉਦੋਂ ਵੀ ਸਵਾਲ ਖੜ੍ਹੇ ਹੋਏ ਸੀਗੇ। ਅਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਅਗਨੀਵੀਰ ਯੋਜਨਾ ਨੂੰ ਲੈ ਕੇ ਕਹਿਣਾ ਹੈ ਕਿ ਅਗਨੀਵੀਰ ਯੋਜਨਾ ਦਾ ਮਤਲਬ ਹੈ ਕਿ ਫੌਜ ਨੂੰ ਯੁਵਾ ਬਣਾਉਣਾ, ਨੌਜਵਾਨ ਫੌਜ ਭਰਤੀ ਕਰਨੀ। ਅਤੇ ਵੈਸੇ ਵੀ ਫੌਜ ਦੇ ਵਿੱਚ ਜਿਹੜੇ ਭਰਤੀਆਂ ਹੁੰਦੀਆਂ ਨੇ ਉਹ ਨੌਜਵਾਨਾਂ ਦੀਆਂ ਹੀ ਹੁੰਦੀਆਂ ਨੇ, ਅੱਗੇ ਰੈਂਕ ਦੇ ਹਿਸਾਬ ਦੇ ਨਾਲ ਵੱਡੇ ਰੈਂਕ ਦੇ ਉੱਤੇ ਜਾਂਦੇ ਜਾਂਦੀ ਉਮਰ ਹੋ ਜਾਂਦੀ ਹੈ, ਪਰ ਨੌਜਵਾਨਾਂ ਨੂੰ ਹੀ ਭਰਤੀ ਕੀਤਾ ਜਾਂਦਾ। ਤਾਂ ਕੁੱਲ ਮਿਲਾ ਕੇ ਅਗਨੀਵੀਰ ਯੋਜਨਾ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੋਈ ਹੈ। ਅਗਨੀਵੀਰ ਯੋਜਨਾ ਦੇ ਤਹਿਤ ਜਿਹੜੇ ਨੌਜਵਾਨ ਭਰਤੀ ਕੀਤੇ ਜਾਂਦੇ ਨੇ ਉਹਨਾਂ ਨੂੰ 4 ਸਾਲ ਵਾਸਤੇ ਭਰਤੀ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ 25% ਨੌਜਵਾਨਾਂ ਨੂੰ ਸਥਾਈ ਰੂਪ ਦੇ ਵਿੱਚ ਮੌਕਾ ਮਿਲਦਾ ਹੈ ਕਿ ਉਹ ਫੌਜ ਦੇ ਵਿੱਚ ਲੰਮਾ ਸਮਾਂ ਰਿਟਾਇਰਮੈਂਟ ਤੱਕ ਸੇਵਾ ਕਰ ਸਕਣ। ਅਤੇ ਕਈ ਅਗਨੀਵੀਰ ਪੰਜਾਬ ਦੇ ਨਾਲ ਸੰਬੰਧਿਤ ਸ਼ਹੀਦ ਵੀ ਹੋ ਚੁੱਕੇ ਨੇ, ਜਿਨ੍ਹਾਂ ਦਾ ਮੁੱਦਾ ਵੀ ਲੋਕ ਸਭਾ ਦੇ ਵਿੱਚ ਗੂੰਜ ਚੁੱਕਿਆ ਹੈ। ਰਾਹੁਲ ਗਾਂਧੀ ਨੇ ਵੀ ਮੁੱਦਾ ਚੁੱਕਿਆ ਸੀਗਾ, ਅਜੇ ਸਿੰਘ ਹੋਇਆ ਸੀਗਾ ਸ਼ਹੀਦ ਪੰਜਾਬ ਦਾ, ਖੰਨੇ ਦੇ ਨਜ਼ਦੀਕ ਦੇ ਪਿੰਡ ਦਾ ਨੌਜਵਾਨ, ਤਾਂ ਉਹਦਾ ਮੁੱਦਾ ਚੁੱਕਿਆ ਗਿਆ ਸੀਗਾ। ਸਰਕਾਰੀ ਸਨਮਾਨਾਂ ਨੂੰ ਲੈ ਕੇ ਵੀ ਲਗਾਤਾਰ ਸਵਾਲ ਨੇ, ਅਤੇ ਪਰ ਹੁਣ ਥੋੜ੍ਹੀ ਜਿਹੀ ਰਾਹਤ ਸੂਬਾ ਸਰਕਾਰਾਂ ਨੇ ਦੇ ਦਿੱਤੀ ਹੈ ਕਿ 10% ਤੱਕ ਰਾਖਵਾਂਕਰਨ ਦਿੱਤਾ ਜਾਵੇਗਾ ਉਹਨਾਂ ਅਗਨੀਵੀਰਾਂ ਨੂੰ ਜਿਹੜੇ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ ਆਪਣੇ ਘਰ ਪਰਤਣਗੇ ਅਤੇ ਉਹਨਾਂ ਨੂੰ ਸਟੇਟ ਦੀ ਪੁਲਿਸ ਦੇ ਵਿੱਚ ਜਾਂ ਫਿਰ CISF, BSF, CRPF ਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ, ਉਹਨਾਂ ਨੂੰ ਦੁਬਾਰਾ ਭਰਤੀ ਕੀਤਾ ਜਾਵੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ।
D5 चैनल पंजाबी दी कचहरी च होवेगी सिर्फ लोकां दी गल।